हेलो जी, सत श्री अकाल व्यूअर्स। होर सुनाओ, तुसी किदा ठीक ठाक हो? मैं भी ठीक ठाक हाँ जी। स्वागत है थोड़ा द फैमिली ब्लॉग चैनल दे उत्ते। असी कल थोड़े लिए ब्लॉग लैके आंदा सी, असी कल थोड़े लिए पेंटिंग बनाई सी एक वॉल डेकोरेशन दे उत्ते, ते अज असी थोड़े लिए एक ब्लॉग लैके आए हैं जिहदे विच आपां जिवें घर दे विच साडे कोल वाज पिया हुंदा ना, फ्लावर वाज पिया हुंदा आ, ते कई वेले वो पुराना हो जाता, ओल्ड हो जाता आ, असी उहनूं होर किद्दां वधिया बना सकदे आ घर दे विच, ते अज उस चीज़ दा आपां ब्लॉग लैके आउंदे आ, ते चलो आ जाओ देखते हैं। ते असी इहनूं हुण नवां लुक देना आ पेंट करके, ते आ जाओ इहनूं देखदे आ आपां इहनूं पेंट करके किदां दा लुक दिंदे आ। सब तो पहला आपां इहनूं वाइट पेंट करना जी। वाइट पेंट करन दे लई आपां नूं सारा कुछ चाहिदा, इहदे लई ब्रशिज़ आउंदे आ मार्केट दे विच, ते इह सारे कलर्स मैं तुहानूं कल दिखाए सीगे, येलो, एक रैड कलर, गोल्ड कलर, वाइट शेड, इह थोड़ा वाइट ज़्यादा होर लै लिया सी। सारे तो पहला आपां इत्थे आपां वाइट कलर नूं सारा पा लिया आ, क्योंकि आपां नूं इहना करना पैणा, इस करके आपां नूं इह चाहिदा आ। इस तरह थोड़ा थोड़ा लेना, देखो आपां सारे नूं इस तरह पेंट करना आ। हुण तुसीं कहोगे इहदे विच इह जिहड़ियां लाइनां आ इहनां नूं आपां कित्ता पेंट करांगे, पहलां आपां इस नूं सारे नूं वाइट पेंट कर लईए, ते जिहड़ियां लाइनां बच गईआं उस नूं आपां इह ब्रश दे नाल वाइट पेंट विच विच कर देवांगे, ते फिर तों इस दे उत्ते इह वाला पेंट कर देवांगे, इहनां इह वाइट पेंट हो जाणा। देखो जी, हुण आपां इहनां लाइनस नूं कवर करन लगे हां वाइट दे नाल, क्योंकि आपां नूं इह ब्रश दे नाल थोड़ी थोड़ियां करनियां पैणियां कवर। ਸਾਰੇ ਤੇ ਵਾਈਟ ਪੇਂਟ ਹੋ ਜਾਏਗਾ ਜੀ। ਇਸ ਤਰ੍ਹਾਂ ਮੈਂ ਵੱਡਾ ਬ੍ਰਸ਼ ਲੈ ਲਿਆ ਜੀ, ਇਹ ਹੋਏਗਾ 10 ਨੰਬਰ ਦਾ ਬ੍ਰਸ਼। ਇਹਦੇ ਨਾਲ ਆਪਾਂ ਜਲਦੀ ਜਲਦੀ ਕਲਰ ਕਰ ਸਕਦੇ ਹਾਂ ਵਾਈਟ, ਅਤੇ ਜੇ ਆਪਾਂ ਪਹਿਲੇ ਵਾਲਾ ਬ੍ਰਸ਼ ਲੈਂਦੇ ਤਾਂ ਸ਼ਾਇਦ ਆਪਣਾ ਕਲਰ ਛੇਤੀ ਛੇਤੀ ਨਾ ਹੁੰਦਾ। ਹੁਣ ਆਪਾਂ ਛੇਤੀ ਛੇਤੀ ਕੰਪਲੀਟ ਕਰ ਲਿਆ ਇਹਨੂੰ, ਬਾਕੀ ਦਾ ਆਪਾਂ ਇਹਦੇ ਵਿੱਚ ਜਿਹੜਾ ਵੀ ਡਿਜ਼ਾਇਨ ਬਣਾਵਾਂਗੇ ਪਹਿਲਾਂ ਵਾਈਟ ਸ਼ੇਡ ਕਰਨਾ ਹੁੰਦਾ, ਫਿਰ ਇਹਦੇ ਉੱਤੇ ਆਪਾਂ ਹੋਰ ਕੋਈ ਵੀ ਕਲਰ ਦਾ ਡਿਜ਼ਾਇਨ ਫਿਰ ਕਰ ਸਕਦੇ ਹਾਂ ਵਾਈਟ ਦਾ, ਵਾਈਟ ਕਰਨ ਤੋਂ ਬਾਅਦ ਜੀ। ਹੁਣ ਅਸੀਂ ਇਹਦੇ ਉੱਤੇ ਵਾਈਟ ਪੇਂਟ ਸੈਕਿੰਡ ਕੋਟ ਕਰਨ ਲੱਗੇ ਹਾਂ, ਕਿਉਂਕਿ ਸੈਕਿੰਡ ਕੋਟ ਕਰਕੇ ਅਤੇ ਫਿਰ ਆਪਾਂ ਇਹਨੂੰ ਥੋੜ੍ਹੇ ਟਾਈਮ ਦੇ ਲਈ ਸੁੱਕਣ ਦੇਣਾ ਆ, ਕਿਉਂਕਿ ਜਦੋਂ ਤੱਕ ਇਹਦਾ ਕਲਰ ਜਿਹੜਾ ਆ ਸੁੱਕੂਗਾ ਨਹੀਂ ਉਦੋਂ ਤੱਕ ਅਸੀਂ ਇਹਨੂੰ ਇਹਦੇ ਉੱਤੇ ਹੋਰ ਅਗਲਾ ਕੰਮ ਕਰ ਨਹੀਂ ਸਕਦੇ। ਹੁਣ ਆਪਾਂ ਇਹਨੂੰ ਸੁੱਕਣ ਲਈ ਬਸ ਲੀਵ ਕਰ ਦਾਂਗੇ, ਬਸ ਛੱਡ ਦਾਂਗੇ ਇੱਦਾਂ ਹੀ, ਅਤੇ ਥੋੜ੍ਹੀ ਦੇਰ ਹੁਣ ਸੁੱਕ ਜਾਵੇ, ਅਤੇ ਦੇਖੋ ਆਪਾਂ ਇਹਨੂੰ ਘੰਟੇ ਭਰ ਦੇ ਲਈ ਸੁੱਕਣ ਰੱਖ ਦਿੰਦੇ ਹਾਂ। ਹਾਂਜੀ, ਆਪਣਾ ਦੇਖੋ ਵਾਸ ਬਿਲਕੁਲ ਸੁੱਕ ਗਿਆ ਵਾਈਟ ਕਲਰ ਦਾ ਇਹਨਾਂ ਨਾ। ਹੁਣ ਆਪਾਂ ਇਹਦੇ ਉੱਤੇ ਪੇਂਟ ਕਰਦੇ ਹਾਂ। ਹਾਂਜੀ, ਇੱਥੇ ਮੈਂ ਇੱਕ ਡਿਜ਼ਾਈਨ ਬਣਾ ਰਹੀ ਹਾਂ, ਜਿੱਦਾਂ ਆਪਾਂ ਪੱਤਿਆਂ ਦੀ ਵੇਲ ਜਿਹੀ ਹੁੰਦੀ ਆ ਉਸ ਤਰ੍ਹਾਂ ਦਾ ਡਿਜ਼ਾਈਨ ਬਣਾ ਰਹੀ ਹਾਂ, ਅਤੇ ਤੁਸੀਂ ਵੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦੇ ਹਾਂ, ਜਿਵੇਂ ਤੁਸੀਂ ਚਾਹੁੰਦੇ ਹੋ ਪਸੰਦ ਕਰਦੇ ਹੋ ਡਿਜ਼ਾਈਨ ਬਣਾਉਣਾ, ਤੁਸੀਂ ਉਸ ਤਰ੍ਹਾਂ ਦਾ ਬਣਾ ਸਕਦੇ ਹੋ। ਇਹ ਜੀ 6 ਨੰਬਰ ਦਾ ਬ੍ਰਸ਼ ਆ। ਹੁਣ ਆਪਾਂ ਨਾ 6 ਨੰਬਰ ਬ੍ਰਸ਼ ਲਿਆ ਹੋਇਆ ਜੀ, ਉਹਦੇ ਨਾਲ ਆਪਾਂ ਰੈੱਡ ਕਲਰ ਦੇ ਵਿੱਚ ਅਤੇ ਕੁਛ ਯੈਲੋ ਕਲਰ ਦੇ ਵਿੱਚ ਫਲਾਵਰ ਬਣਾਉਣੇ ਆ, ਕੁਛ ਰੈੱਡ ਵਿੱਚ ਬਹੁਤ ਸੋਹਣੇ ਬਣ ਗਏ ਨੇ ਫਲਾਵਰਸ। ਆਪਾਂ ਥੋੜ੍ਹਾ ਜਿਹਾ ਨਾ ਰੈੱਡ ਦੇ ਵਿੱਚ ਯੈਲੋ ਨੂੰ ਹਲਕਾ ਹਲਕਾ ਮਿਕਸ ਕਰਕੇ ਡਬਲ ਸ਼ੇਡ ਥੋੜ੍ਹੇ ਫਲਾਵਰਸ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ। ਇੱਥੇ ਮੈਨੂੰ ਥੋੜ੍ਹੀ ਵੇਲ ਇੱਕ ਘੱਟ ਲੱਗੀ ਪੱਤਿਆਂ ਦੀ, ਅਤੇ ਮੈਂ ਇਸ ਕਰਕੇ ਇੱਥੇ ਇੱਕ ਹੋਰ ਪੱਤਿਆਂ ਦੀ ਥੋੜ੍ਹੀ ਵੇਲ ਬਣਾਉਣੀ ਦੀ ਕੋਸ਼ਿਸ਼ ਕੀਤੀ ਆ, ਕਿ ਚਲੋ ਇੱਥੇ ਵੀ ਇੱਕ ਪੱਤਿਆਂ ਦਾ ਵੇਲ ਦਾ ਆਪਾਂ ਡੰਡੀ ਜਿਹੀ ਬਣਾ ਦਿੰਦੇ ਹਾਂ, ਅਤੇ ਬਹੁਤ ਸੋਹਣੀ ਲੱਗੇਗੀ।
ਉੱਤੇ ਜਿੱਦਾਂ ਨਾ ਫਲਾਵਰ ਪੋਟ ਵੈਸੇ ਬਣੀ ਜਾਂਦਾ ਆ, ਉੱਤੋਂ ਤਾਂ ਬਹੁਤ ਹੀ ਸੋਹਣਾ ਮਤਲਬ ਲੁੱਕ ਜਿਹਾ ਨਿਕਲ ਕੇ ਆ ਰਿਹਾ ਕਿ ਬਹੁਤ ਜ਼ਿਆਦਾ ਵਧੀਆ ਬਣਿਆ ਆ। ਅਤੇ ਆਪਾਂ ਕੋਈ ਵੀ ਲੁੱਕ ਵੈਸੇ ਦੇ ਸਕਦੇ ਹਾਂ ਆਵਾਜ਼ ਨੂੰ। ਇਹ ਪੱਤੇ ਬਹੁਤ ਵਧੀਆ ਬਣ ਰਹੇ ਸੀ, ਬਹੁਤ ਵਧੀਆ ਬਣ ਰਹੇ ਆ ਅਤੇ ਬਹੁਤ ਸੋਹਣਾ ਲੁੱਕ ਆਇਆ ਇਸਨੂੰ ਕੰਪਲੀਟ ਕਰਨ ਤੋਂ ਬਾਅਦ, ਬਹੁਤ ਵਧੀਆ ਲੱਗੇਗਾ ਇਹ। ਲਗਭਗ ਨਾ ਆਲਮੋਸਟ ਜਿਹਾ ਖਤਮ ਹੀ ਹੋ ਗਿਆ, ਹੁਣ ਇਹ ਕੰਪਲੀਟ ਹੋ ਗਿਆ ਆ, ਬਸ ਥੋੜ੍ਹਾ ਜਿਹਾ ਰਹਿ ਗਿਆ ਆ ਕੰਪਲੀਟ ਹੋਣ ਤੋਂ। ਸਾਰੇ ਪੱਤੇ ਹੋ ਗਏ, ਆਹ ਦੋ ਕੰਪਲੀਟ। ਦੇਖੋ ਜੀ ਇਹ ਸਾਰਾ ਕੰਪਲੀਟ ਹੋਣ ਤੋਂ ਬਾਅਦ ਕਿੰਨਾ ਸੋਹਣਾ ਲੱਗ ਰਿਹਾ ਹੈ ਬਣਿਆ। ਦੇਖੋ ਕਿੰਨਾ ਸੋਹਣਾ ਵਾਸ ਬਣਿਆ ਜੀ ਸਾਡਾ, ਤਰ੍ਹਾਂ ਦੇ ਵਾਜ਼ ਬਣਾ ਕੇ। ਹੁਣ ਇਸ ਦੇ ਵਿੱਚ ਜਦੋਂ ਇਹਨੂੰ ਸੁੱਕਣ ਰਾਹੀਂ ਰੱਖ ਦੇਣਾ ਹੈ, ਉਸ ਤੋਂ ਬਾਅਦ ਇਸ ਵਿੱਚ ਜਦੋਂ ਤੁਸੀਂ ਫਲਾਵਰਸ ਪਾਉਣੇ ਆ ਅਤੇ ਤੁਹਾਨੂੰ ਇਸ ਵਾਜ਼ ਨੂੰ ਓਲਡ ਲੁੱਕ ਜੋ ਵੀ ਸੀ ਅਤੇ ਤੁਸੀਂ ਇਹ ਲੁੱਕ ਦੇਖੋ ਕਿੰਨਾ ਵਧੀਆ, ਮਤਲਬ ਇਹ ਫਲਾਵਰਸ ਵਾਲਾ ਵਧੀਆ ਲੁੱਕ ਮਿਲਿਆ ਇਹਨੂੰ ਅਤੇ ਕਿੰਨਾ ਵਧੀਆ ਲੱਗਦਾ ਆ। ਇਸ ਪੁਰਾਣੇ ਵਾਜ਼ ਨੂੰ ਪਹਿਲਾਂ ਇਹ ਹਲਕੇ ਗ੍ਰੀਨ ਜਿਹਾ ਸ਼ੇਡ ਦਾ ਸੀ ਅਤੇ ਇਸ ਨੂੰ ਅਸੀਂ ਨਵਾਂ ਲੁੱਕ ਦਿੱਤਾ ਆ ਵਾਈਟ ਸ਼ੇਡ ਕਰਕੇ, ਇਸ ਉੱਤੇ ਫਲਾਵਰਸ ਅਰੇਂਜ ਕਰਕੇ ਪੇਂਟ ਕਰਕੇ। ਇਹ ਬਹੁਤ ਵਧੀਆ ਇੱਕ ਸਾਡੇ ਵਾਜ਼ ਦਾ ਲੁੱਕ ਬਣ ਗਿਆ ਹੈਗਾ। ਮੈਨੂੰ ਇਹ ਬਹੁਤ ਪੁਰਾਣਾ ਲੱਗਦਾ ਸੀ ਅਤੇ ਮੈਂ ਸੋਚਦੀ ਸੀ ਕਿ ਇਸ ਨੂੰ ਮੈਂ ਸਿੱਟ ਦੇਵਾਂ, ਪਰ ਇਸ ਨੂੰ ਨਵਾਂ ਲੁੱਕ ਦਿੱਤਾ ਮੈਂ ਹੁਣ ਅਤੇ ਮੈਨੂੰ ਬਹੁਤ ਵਧੀਆ ਲੱਗਿਆ। ਅਤੇ ਉਮੀਦ ਹੈ ਜੀ ਤੁਹਾਨੂੰ ਵੀ ਮੇਰੀ ਇਹ ਵੀਡੀਓ, ਮੇਰਾ ਕੀਤਾ ਹੋਇਆ ਐਫਰਟ ਵਧੀਆ ਲੱਗਿਆ ਹੋਵੇਗਾ ਅਤੇ ਤੁਸੀਂ ਵੀ ਆਪਣੀਆਂ ਘਰ ਦੇ ਵਿੱਚ ਜੋ ਵੀ ਤੁਹਾਡੀਆਂ ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਆ ਉਸਨੂੰ ਸਿੱਟਿਆ ਨਾ ਕਰੋ, ਉਸਨੂੰ ਬਦਲੋ ਨਾ, ਕਮ ਸੇ ਕਮ ਉਸਨੂੰ ਤੁਸੀਂ ਪੇਂਟ ਕਰਕੇ ਉਸਨੂੰ ਕਿਸੇ ਵੀ ਤਰ੍ਹਾਂ DIY ਕਰਕੇ ਅਸੀਂ ਆਪਣੇ ਘਰ ਦੇ ਲਈ ਬਹੁਤ ਵਧੀਆ ਹੀ ਚੀਜ਼ ਬਣਾ ਸਕਦੇ ਹਾਂ ਉਸਨੂੰ, ਜਿਸ ਤਰ੍ਹਾਂ ਮੈਂ ਆਪਣੇ ਪੁਰਾਣੇ ਵਾਜ਼ ਨੂੰ ਨਵਾਂ ਬਣਾਤਾ ਇਸ ਉੱਤੇ ਪੇਂਟ ਕਰਕੇ। ਹੁਣ ਦੇਖੋ ਇਸ ਵਿੱਚ ਫਲਾਵਰ ਲਗਾ ਕੇ ਅਸੀਂ ਇਸ ਵਾਜ਼ ਨੂੰ ਬਹੁਤ ਸੋਹਣਾ ਲੱਗਦਾ ਆ। ਅਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਅਤੇ ਜਿਹੜੇ ਸਾਡੇ ਪੁਰਾਣੇ ਸਬਸਕ੍ਰਾਈਬਰਸ ਨੇ ਉਹ ਸਾਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰਨ। ਅਤੇ ਜੋ ਨਵੇਂ ਸਾਡੇ ਨਾਲ ਜੁੜਨਗੇ ਉਹ ਸਾਨੂੰ ਸਬਸਕ੍ਰਾਈਬ ਕਰਕੇ ਰੈੱਡ ਬਟਨ ਨੂੰ ਗ੍ਰੇ ਕਰ ਦਿਆ ਕਰਨ ਅਤੇ ਉਸ ਤੋਂ ਬਾਅਦ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨ ਅਤੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਪ੍ਰੈਸ ਕਰ ਆਲ ਵਾਲੀ ਨੂੰ। ਅਤੇ ਚਲੋ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਵਿੱਚ। ਓਕੇ ਜੀ, ਥੈਂਕ ਯੂ ਸੋ ਮਚ, ਬਾਏ।